ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ। ਇੱਕ ਦਿਨ ਦੀ ਗੱਲ ਹੈ, ਭਗਤ ਨਾਮਦੇਵ ਜੀ ਪੁੰਡਰਪੁਰ ਵਿੱਚ ਬੈਠੇ ਸਨ। ਕੁਝ ਵਿਦਵਾਨਾਂ ਨੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿ ਆਪ ਜੀ ਦੱਸੋ ਕਿ ਪਰਮੇਸ਼ਰ ਕਿਸ ਪ੍ਰਕਾਰ ਦਾ ਹੈ। ਤਾਂ ਭਗਤ ਨਾਮਦੇਵ ਜੀ ਵੇਦਾਂਤ ਪ੍ਰਕਰਣ ਦੁਆਰਾ ਪਰਮੇਸ਼ਰ ਨੂੰ ਅਦਵੈਤ ਰੂਪ ਕਥਨ ਕਰਦੇ ਹੋਏ ਫਰਮਾਉਂਦੇ ਆ, ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ, ਉਹ ਓਅੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਆਸਾ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਬਾਣੀ ਉਚਾਰਨ ਕਰਦੇ ਹਨ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਹੇ ਭਾਈ, ਅਦਵੈਤ ਰੂਪ ਪਰਮੇਸ਼ਰ ਹੀ ਅਨੰਤ ਭਾਵ ਸਾਰੀ ਸ੍ਰਿਸ਼ਟੀ ਵਿੱਚ ਫੈਲਿਆ ਹੋਇਆ ਹੈ ਅਤੇ ਮਾਇਆ ਬਿਰਤੀ ਦੁਆਰਾ ਸਾਰਿਆਂ ਦੀ ਪੂਰਤੀ ਕਰਨ ਵਾਲਾ ਹੈ। ਜਤ ਜਿੱਥੇ ਵੀ ਦੇਖੋ ਦੇਖਦੇ ਹਾਂ, ਉੱਥੇ ਹੀ ਸੋਈ ਉਹ ਬ੍ਰਹਮ ਹੀ ਪੂਰਨ ਹੈ। ਹੇ ਅੱਗੇ ਫਿਰ ਪ੍ਰਸ਼ਨ ਸੀ, ਹੇ ਨਾਮਦੇਵ ਜੀ, ਜੇਕਰ ਇੱਕੋ ਹੀ ਪਰਮੇਸ਼ਰ ਵਿਆਪਕ ਹੈ ਤਾਂ ਫਿਰ ਇਹ ਨਾਨਾਪੁਣਾ ਕਿਉਂ ਪ੍ਰਤੀਤ ਹੋ ਰਿਹਾ? ਉੱਤਰ ਦਿੰਦੇ ਆ, ਮਾਇਆ ਚਿੱਤਰ ਬਚਿੱਤਰ ਬਿਮੋਹਿਤ ਬਿਰਲਾ ਬੂਝੈ ਕੋਈ। ਹੇ ਭਾਈ, ਜੋ ਬਚਿੱਤਰ ਅਨੇਕਾਂ ਰੰਗਾਂ ਦੇ ਜੀਵ ਪਦਾਰਥ ਭਾਵ ਨਾਨਾਪੁਣਾ ਪ੍ਰਤੀਤ ਹੋ ਰਿਹਾ, ਇਹ ਸਭ ਮਾਇਆ ਦੀ ਚਿੱਤਰਕਾਰੀ ਹੈ, ਜਿਸ ਵਿੱਚ ਮਨੁੱਖ ਬਿਮੋਹਿਤ ਵਿਸ਼ੇਸ਼ ਕਰਕੇ ਮੋਹਿਤ ਹੋ ਰਹੇ ਆ। ਕੋਈ ਬਿਰਲਾ ਟਾਵਾਂ ਟਾਵਾਂ ਤੱਤ ਗਿਆਨੀ ਹੀ ਅਦਵੈਤ ਸਰੂਪ ਨੂੰ ਸਾਰਿਆਂ ਦੇ ਅੰਦਰ ਵਿਆਪਕ ਬੂਝੈ ਕਹੀਏ ਸਮਝਦਾ ਹੈ ਅਤੇ ਇਸ ਪ੍ਰਕਾਰ ਵੇਖਦਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੇ ਭਾਈ, ਸਾਰਿਆਂ ਦੇ ਅੰਦਰ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਪਰਮੇਸ਼ਰ ਵਿਆਪਕ ਹੈ। ਸਾਰਿਆਂ ਦੇ ਅੰਦਰ ਗੋ ਇੰਦਰੀਆਂ ਦੀ ਬਿੰਦ ਪ੍ਰਕਾਸ਼ਕ ਹੈ। ਗੋ ਗੁਰਾਂ ਦੀ ਬਾਣੀ ਵਿਦਾਂਤ ਵਾਕਾਂ ਦੁਆਰਾ ਹਿਰਦੇ ਵਿੱਚ ਬਿੰਦ ਜਾਣਨੇ ਯੋਗ ਪ੍ਰਭੂ ਸਾਰਿਆਂ ਵਿੱਚ ਵਿਆਪਕ ਹੈ। ਗੋਬਿੰਦ ਬਿਨ ਨਹੀਂ ਕੋਈ, ਉਸ ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਵੀ ਨਹੀਂ ਦਿਸਦਾ, ਹੋਰ ਕੋਈ ਵੀ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਨਹੀਂ ਹੈ। ਹੁਣ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਆ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਰਹਾਉ। ਜਿਸ ਪ੍ਰਕਾਰ ਤਾਗਾ ਇੱਕੋ ਹੀ ਹੁੰਦਾ ਹੈ, ਪਰੰਤੂ ਉਸ ਵਿੱਚ ਸੈਂਕੜੇ ਅਤੇ ਸਹੰਸ ਹਜ਼ਾਰਾਂ ਮਣ ਮਣ ਕੇ ਪਰੋਤੇ ਹੁੰਦੇ ਆ, ਇਸੇ ਪ੍ਰਕਾਰ ਸੰਸਾਰ ਰਚਨਾ ਦੇ ਤਾਣੇ ਪੇਟੇ ਅੰਦਰ ਸੂਤ ਉਹ ਪ੍ਰਭੂ ਪਰਮੇਸ਼ਰ ਵਿਆਪਕ ਹੈ। ਰਹਾਉ, ਹੋਰ ਦ੍ਰਿਸ਼ਟਾਂਤ ਦੇ ਕੇ ਬ੍ਰਹਮ ਏਕਤਾ ਵਿਆਪਕਤਾ ਸਮਝਾਉਂਦੇ ਆ, ਜਲ ਤਰੰਗ ਅਰ ਫੇਨ ਬੁੱਧ ਬੁੱਧਾ ਜਲ ਤੇ ਭਿੰਨ ਨਾ ਹੋਈ। ਜਿਸ ਪ੍ਰਕਾਰ ਕਹਿੰਦੇ ਪਾਣੀ ਵਿੱਚ ਤਰੰਗ ਲਹਿਰਾਂ ਅਤੇ ਪਾਣੀ ਦੀ ਫੇਨ ਝੱਗ ਅਤੇ ਕਦੇ ਪਾਣੀ ਦਾ ਬੁੱਧ ਬੁੱਧਾ ਬੁਲਬੁਲਾ ਉਤਪੰਨ ਹੁੰਦਾ ਹੈ, ਪਰੰਤੂ ਇਹ ਜਲ ਪਾਣੀ ਤੋਂ ਭਿੰਨ ਵੱਖਰੇ ਨਹੀਂ ਹੁੰਦੇ। ਇਸੇ ਪ੍ਰਕਾਰ ਜਲ ਦੀ ਨਿਆਈ ਸ਼ੁੱਧ ਬ੍ਰਹਮ ਹੈ, ਲਹਿਰ ਦੀ ਨਿਆਈ ਵਿਸ਼ਨੂੰ, ਮਹੇਸ਼ ਆਦਿ ਵੱਡੇ ਵੱਡੇ ਦੇਵਤੇ ਹਨ।
ਅਤੇ ਝੱਗ ਦੀ ਨਿਆਈ ਦੇਵਤਿਆਂ ਦੇ ਸਰੀਰ ਹਨ, ਬੁੱਧ ਬੁੱਧਿਆਂ ਦੀ ਨਿਆਈ ਜੀਵ ਹਨ। ਇਹ ਸਾਰੇ ਬ੍ਰਹਮ ਰੂਪੀ ਜਲ ਤੋਂ ਵੱਖਰੇ ਨਹੀਂ ਹਨ। ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਇਸ ਪ੍ਰਕਾਰ ਇਹ ਪ੍ਰਪੰਚ ਵਿਸ਼ੇਸ਼ ਕਰਕੇ ਪੰਜਾਂ ਚੀਜ਼ਾਂ ਸੱਤ ਚਿੱਤ ਆਨੰਦ ਨਾਮ ਅਤੇ ਰੂਪ ਤੋਂ ਬਣਿਆ ਸੰਸਾਰ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਲੀਲਾ ਖੇਡ ਹੈ। ਜੇਕਰ ਵਿਚਾਰ ਕਰਕੇ ਦੇਖੀਏ ਤਾਂ ਉਸ ਤੋਂ ਬਿਨਾਂ ਹੋਰ ਕੋਈ ਵਸਤੂ ਸਿੱਧ ਨਹੀਂ ਹੋਵੇਗੀ। ਮਿਥਿਆ ਭਰਮ ਅਰ ਸੁਪਨ ਮਨੋਰਥ ਸੱਤ ਪਦਾਰਥ ਜਾਣਿਆ। ਜਿਵੇਂ ਭਰਮ ਰੂਪੀ ਪਦਾਰਥ ਮ੍ਰਿਗ ਤ੍ਰਿਸ਼ਨਾ ਦਾ ਜਲ, ਸਿੱਪੀ ਵਿੱਚ ਚਾਂਦੀ, ਰਜੂ ਵਿੱਚ ਸਰਪ ਆਦਿ, ਇਹ ਸੁਪਨੇ ਅਤੇ ਮਨੋਰਥ ਮਨੋ ਰਾਜਾਂ ਦੇ ਪਦਾਰਥ, ਪਦਾਰਥ ਭਾਵ ਮਨ ਦੇ ਸੰਕਲਪ ਸਭ ਮਿੱਥਿਆ ਝੂਠੇ ਅਤੇ ਅਣਹੋਏ ਹਨ। ਪਰੰਤੂ ਅਗਿਆਨ ਕਰਕੇ ਜੀਵ ਇਹਨਾਂ ਪਦਾਰਥਾਂ ਨੂੰ ਸੱਚੇ ਕਰਕੇ ਜਾਣਦੇ ਹਨ। ਤਿਵੇਂ ਹੀ ਸੰਸਾਰ ਦੇ ਸਾਰੇ ਪਦਾਰਥ ਵੀ ਮਿੱਥਿਆ ਹਨ, ਪਰੰਤੂ ਅਵਿੱਦਿਆ ਦੇ ਬਲ ਕਰਕੇ ਸੱਚੇ ਮੰਨੇ ਹੋਏ ਆ। ਫਿਰ ਪ੍ਰਸ਼ਨ ਕੀਤਾ ਉਸਨੇ, ਹੇ ਨਾਮਦੇਵ ਜੀ, ਫਿਰ ਇਹ ਭਰਮ ਅਵਿੱਦਿਆ ਦੂਰ ਕਿਵੇਂ ਹੋਵੇ? ਭਗਤ ਨਾਮਦੇਵ ਜੀ ਦੱਸਦੇ ਆ, ਸੋ ਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ। ਜਿਨ੍ਹਾਂ ਦੀ ਸ੍ਰੇਸ਼ਟ ਨਿਸ਼ਕਾਮ ਕਰਮਾਂ ਵਾਲੀ ਨਿਰਮਲ ਮਨਸਾ ਬੁੱਧੀ ਜਾਣ ਕੇ ਗੁਰਾਂ ਨੇ ਉਪਦੇਸ਼ ਦੇਣਾ ਕੀਤਾ ਹੈ, ਉਹਨਾਂ ਦਾ ਗਿਆਨ ਅਵਸਥਾ ਵਿੱਚ ਜਾਗਦਿਆਂ ਨਿਸ਼ਚੇ ਕਰਕੇ ਮਨ ਬ੍ਰਹਮ ਸਰੂਪ ਵਿੱਚ ਮੰਨ ਗਿਆ ਹੈ। ਗੁਰਾਂ ਦੇ ਉਪਦੇਸ਼ ਵਿੱਚ ਮਨ ਮੰਨਣ ਕਰਕੇ ਜੋ ਗਿਆਨ ਅਵਸਥਾ ਵਿੱਚ ਜਾਗੇ ਹਨ, ਉਹਨਾਂ ਦਾ ਭਰਮ ਅਤੇ ਅਵਿੱਦਿਆ ਆਦਿ ਦੂਰ ਹੋ ਗਏ। ਕਹਿਤ ਨਾਮ ਦੇਉ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਭਗਤ ਨਾਮਦੇਵ ਜੀ ਕਹਿਤ ਤੋਂ ਭਾਵ ਕਥਨ ਕਰਦੇ ਆ ਕਿ ਹੇ ਭਾਈ, ਫਿਰ ਉਹ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਦੀ ਹੀ ਰਚਨਾ ਸਮਝਦੇ ਆ, ਭਾਵੇਂ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲੈਣਾ ਕਰੋ। ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਸਰਬ ਸਾਰੇ ਘਟ ਘਟ ਸਰੀਰਾਂ ਸਾਰੀਆਂ ਖਾਣੀਆਂ ਦੇ ਅੰਦਰ ਇੱਕ ਰਸ ਕੇਵਲ ਸਿਰਫ ਅਦਵੈਤ ਰੂਪ ਮੁਰਾਰੀ ਪਰਮੇਸ਼ਰ ਹੀ ਵਿਆਪਕ ਹੋ ਰਿਹਾ ਹੈ। ਆਸਾ ਭਗਤ ਨਾਮਦੇਵ ਜੀ ਪਹਿਲਾਂ ਠਾਕੁਰਾਂ ਦਾ ਪੂਜਨ ਕਰਦੇ ਹੁੰਦੇ ਸਨ, ਪਰੰਤੂ ਜਦੋਂ ਹਿਰਦਾ ਸ਼ੁੱਧ ਹੋ ਕੇ ਪਰਮੇਸ਼ਰ ਦੇ ਦਰਸ਼ਨ ਹੋ ਗਏ ਤਦੋਂ ਉਹ ਠਾਕੁਰਾਂ ਦੀ ਪੂਜਾ ਛੱਡ ਕੇ ਪਰਮੇਸ਼ਰ ਦੇ ਨਾਮ ਦੇ ਪਰਾਇਣ ਹੋ ਗਏ। ਤਦ ਕਿਸੇ ਨੇ ਕਿਹਾ ਕਿ ਹੇ ਨਾਮਦੇਵ ਜੀ, ਤੁਸੀਂ ਹੁਣ ਪਹਿਲਾਂ ਦੀ ਤਰ੍ਹਾਂ ਠਾਕੁਰਾਂ ਦੀ ਪੂਜਾ ਨਹੀਂ ਕਰਦੇ, ਹਰ ਵੇਲੇ ਭਜਨ ਹੀ ਕਰਦੇ ਰਹਿੰਦੇ ਹੋ, ਇਹ ਕੀ ਕਾਰਨ ਹੈ? ਤਾਂ ਉਸ ਦਾ ਉੱਤਰ ਦਿੰਦੇ ਹੋਏ ਭਗਤ ਨਾਮਦੇਵ ਜੀ ਫਰਮਾਉਂਦੇ ਆ, ਆਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕਹੋ ਇਸਨਾਨ ਕਰੋ। ਹੇ ਭਾਈ, ਪਹਿਲਾਂ ਮੇਰੇ ਮਨ ਵਿੱਚ ਇਹ ਸੰਕਲਪ ਆਇਆ ਕਿ ਕੁੰਭ ਘੜਾ ਆਨੀਲੇ ਲਿਆ ਕੇ ਉਦਕ ਜਲ ਨਾਲ ਭਰਾਈਲੇ ਭਰ ਕੇ ਠਾਕੁਰ ਜੀ ਨੂੰ ਇਸ਼ਨਾਨ ਕਰਾਵਾਂ, ਪਰ ਫਿਰ ਮਨ ਵਿੱਚ ਵਿਚਾਰ ਆਈ, 42 ਲੱਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਇ ਕਰੋ। ਹਾਂ, 42 ਭਾਵ 42 ਲੱਖ ਜੂਨਾਂ ਦੇ ਜੀਵ ਤਾਂ ਜਲ ਪਾਣੀ ਵਿੱਚ ਹੁੰਦੇ ਆ, ਅਤੇ ਉਹਨਾਂ ਨੇ ਸਾਰਾ ਪਾਣੀ ਜੂਠਾ ਕਰਿਆ ਹੋਇਆ। ਫਿਰ ਮੈਂ ਆਪਣੇ ਪਹਿਲਾ ਪਿਆਰੇ ਬੀਠਲ ਬੀ ਉਤਪਤੀ ਠ ਨਾਮ ਇਸਥਤੀ ਅਤੇ ਲ ਨਾਮ ਲੈਤਾ ਕਰਨ ਵਾਲੇ ਪਰਮੇਸ਼ੁਰ ਦਾ ਇਸ਼ਨਾਨ ਕਿਵੇਂ ਕਰਾਵਾਂ? ਸਾਰੀਆਂ ਜੂਨਾਂ ਦੇ ਜੀਵਾਂ ਵਿੱਚ
ਬੀਠਲ ਕਹੀਏ ਭਗਵਾਨ ਪਹਿਲਾਂ ਮਿਲਿਆ ਹੋਇਆ ਅਤੇ ਉੱਥੇ ਆਪ ਹੀ ਇਸ਼ਨਾਨ ਕਰ ਰਿਹਾ, ਫਿਰ ਮੈਂ ਪੱਥਰ ਦੀ ਮੂਰਤੀ ਦਾ ਇਸ਼ਨਾਨ ਕਿਉਂ ਕਰਾਵਾਂ। ਜਤਰ ਜਾਉ ਤਤ ਬੀਠਲ ਪਹਿਲਾ ਮਹਾਂ ਆਨੰਦ ਕਰੇ ਸਦਕੇ ਲਾ ਰਹਾਉ। ਹੇ ਭਾਈ, ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਹੀ ਬੀਠਲ ਪਰਮੇਸ਼ੁਰ ਮਿਲ ਰਿਹਾ। ਉਹ ਆਪਣੇ ਭਗਤਾਂ ਨੂੰ ਮਹਾਂ ਵੱਡੇ ਬ੍ਰਹਮਾਨੰਦ ਦੇ ਤਾਈਂ ਦੇਣਾ ਕਰਦਾ ਹੈ ਅਤੇ ਆਪ ਹਮੇਸ਼ਾ ਹੀ ਕੇਲਾ ਅਸੰਗ ਹੈ। ਰਹਾਉ ਆਨੀਲੇ ਫੂਲ ਪਰੋਈ ਲੇ ਮਾਲਾ ਠਾਕੁਰ ਕੀ ਹੋ ਪੂਜ ਕਰੋ। ਹੇ ਭਾਈ, ਅਸੀਂ ਜਦੋਂ ਵਿਚਾਰਿਆ ਕਿ ਫੁੱਲ ਆਨੀਲੇ ਲਿਆ ਕੇ ਮਾਲਾ ਦੇ ਤਾਈਂ ਪਰੋਈ ਲੇ ਪਰੋਣਾ ਕਰੀਏ ਤਾਂ ਹੋ ਮੈਂ ਠਾਕੁਰਾਂ ਦੀ ਮੂਰਤੀ ਦੇ ਗਲ ਵਿੱਚ ਪਾ ਕੇ ਪੂਜਨ ਕਰਾਂਗਾ, ਪਰੰਤੂ ਜਦੋਂ ਵਿਚਾਰ ਕੇ ਦੇਖਿਆ ਪਹਿਲੇ ਬਾਸ ਲਈ ਹੈ ਭਵਰ ਹੈ ਬੀਟਲ ਪਹਿਲਾ ਕਾਏ ਕਰੋ। ਫੁੱਲਾਂ ਦੀ ਵਾਸ਼ਨਾ ਤਾਂ ਪਹਿਲਾਂ ਹੀ ਭੌਰਿਆਂ ਨੇ ਲੈ ਲਈ ਹੈ ਅਤੇ ਫੁੱਲ ਜੂਠੇ ਹੋ ਗਏ, ਫਿਰ ਪਹਿਲਾ ਪਿਆਰੇ ਬੀਟਲ ਪਰਮੇਸ਼ੁਰ ਦੀ ਪੂਜਾ ਕਿਸ ਪ੍ਰਕਾਰ ਕਰਾਂਗਾ। ਉਹ ਪਰਮੇਸ਼ੁਰ ਆਪ ਹੀ ਭੌਰਾ ਰੂਪ ਹੋ ਕੇ ਫੁੱਲਾਂ ਵਿੱਚੋਂ ਸੁਗੰਧੀ ਲੈ ਰਿਹਾ ਅਤੇ ਪਰਮੇਸ਼ੁਰ ਆਪ ਹੀ ਸੁਗੰਧੀ ਰੂਪ ਹੋ ਕੇ ਵਿੱਚ ਪਹਿਲਾ ਮਿਲਿਆ ਆ, ਫਿਰ ਵੇਲ ਤੋੜ ਕੇ ਮਾਲਾ ਪਰੋ ਕੇ ਕਿਸ ਵਾਸਤੇ ਵੱਖਰੀ ਪੂਜਾ ਕਰਾਂ। ਆਨੀਲੇ ਦੂਧ ਰੀਧਾਈ ਲੇ ਖੀਰੰਗ ਠਾਕੁਰ ਕਉ ਨੈ ਵੇਦ ਕਰੋ। ਹੇ ਭਾਈ, ਫਿਰ ਸੰਕਲਪ ਕਰਿਆ ਕਿ ਦੁੱਧ ਚੋ ਕੇ ਆਨੀਲੇ ਹੁੰਦਾ ਲਿਆਈਏ ਅਤੇ ਉਸਦੀ ਖੀਰ ਰੀਧਾਈ ਲੇ ਰਿੰਨ ਲਈਏ ਅਤੇ ਠਾਕੁਰਾਂ ਦੇ ਤਾਈਂ ਨੈਵੇਦ ਕਹੀਏ ਭੋਗ ਲਵਾਉਣਾ ਕਰਾਂ। ਪਰੰਤੂ ਜਦ ਇਹ ਵੀ ਵਿਚਾਰ ਕੇ ਵੇਖਿਆ ਪਹਿਲੇ ਦੂਧ ਬਿਟਾਰੇ ਉਹ ਬਛਰੈ ਬੀਠਲ ਪਹਿਲਾ ਕਾਏ ਕਰੋ। ਪਹਿਲਾਂ ਤਾਂ ਦੁੱਧ ਨੂੰ ਬੱਚੇ ਨੇ ਵਿਗਾੜ ਦਿੱਤਾ, ਭਾਵ ਜੂਠਾ ਕਰ ਦਿੱਤਾ, ਫਿਰ ਪਿਆਰੇ ਬੀਠਲ ਪਰਮੇਸ਼ੁਰ ਨੂੰ ਕਿਸ ਪ੍ਰਕਾਰ ਖੀਰ ਅਰਪਣ ਕਰਾਂ। ਉਹ ਜੋਤੀ ਸਰੂਪ ਬੀਠਲ ਉਸ ਬੱਚੇ ਵਿੱਚ ਵੀ ਮਿਲ ਰਿਹਾ ਅਤੇ ਉਸਨੇ ਆਪ ਹੀ ਦੁੱਧ ਦੇ ਤਾਈਂ ਬੇਨਾਮ ਵਿਸ਼ੇਸ਼ ਕਰਕੇ ਟਾਰਿਓ ਨਾਮ ਟਾਲਣਾ ਭਾਵ ਚੁੰਘਣਾ ਕੀਤਾ, ਭਾਵ ਆਪ ਹੀ ਵੱਛਾ ਰੂਪ ਹੋ ਕੇ ਪਹਿਲਾਂ ਹੀ ਦੁੱਧ ਨੂੰ ਚੁਸਕੀਆਂ ਲੈ ਕੇ ਪੀ ਚੁੱਕਾ ਹੈ, ਭੋਗ ਲਾ ਰਿਹਾ ਹੈ। ਇਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ। ਹੇ ਭਾਈ, ਅਸਲ ਵਿੱਚ ਤਾਂ ਇਸ ਲੋਕ ਵਿੱਚ ਵੀ ਉਹ ਬੀਠਲ ਪਰਮੇਸ਼ੁਰ ਹੈ, ਉਬੈ ਉਸ ਲੋਕ ਭਾਵ ਪ੍ਰਲੋਕ ਵਿੱਚ ਵੀ ਉਹ ਭਗਵਾਨ ਵਾਹਿਗੁਰੂ ਹੀ ਵਸ ਰਿਹਾ। ਉਸ ਬੀਠਲ ਪਰਮਾਤਮਾ ਦੀ ਸੱਤਾ ਤੋਂ ਬਗੈਰ ਸੰਸਾਰ ਜਗਤ ਕੁਝ ਵੀ ਨਹੀਂ। ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ। ਭਗਤ ਨਾਮਦੇਵ ਜੀ ਪ੍ਰਣਵੈ ਉਚਾਰਨ ਕਰਦੇ ਆ ਕਿ ਸਭ ਥਾਵਾਂ 'ਤੇ ਥਨੰਤਰ ਥਾਵਾਂ ਦੇ ਅੰਦਰ ਰਹਿਣ ਵਾਲੇ ਸਾਰੇ ਜੀਵਾਂ ਵਿੱਚ ਅਤੇ ਸਰਬ ਸਾਰੀ ਮਹੀ ਪ੍ਰਿਥਵੀ ਵਿੱਚ ਸਾਰਿਆਂ ਦੀ ਬੁੱਧੀ ਵਿੱਚ ਪਰਿਪੂਰਨ ਹੋ ਰਿਹਾ। ਹੇ ਮਹੀ ਭੂਮਾ ਰੂਪ ਸ਼ੁੱਧ ਬ੍ਰਹਮ, ਤੂੰ ਸਾਰਿਆਂ ਵਿੱਚ ਪੂਰਨ ਹੋ ਰਿਹਾ ਹੈ। ਇਸ ਪ੍ਰਕਾਰ ਭਗਤ ਨਾਮਦੇਵ ਜੀ ਇਸ ਸ਼ਬਦ ਵਿੱਚ ਬਾਹਰੀ ਮੂਰਤੀ ਪੂਜਾ ਦਾ ਖੰਡਨ ਕਰਕੇ ਨਿਰਾਕਾਰ ਦੇ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਜੋੜਦੇ ਆ। ਆਸਾ, ਕਿਸੇ ਨੇ ਭਗਤ ਨਾਮਦੇਵ ਜੀ ਤਾਂ ਹੀ ਕਿਹਾ ਕਿ ਤੁਸੀਂ ਕੱਪੜੇ ਸਿਉਣ ਦਾ ਕੰਮ ਕਰ ਲਿਆ ਕਰੋ, ਤਾਂ ਭਗਤ ਜੀ ਕਹਿਣ ਲੱਗੇ ਹੇ ਭਾਈ, ਅਸੀਂ ਸਭ ਕੁਝ ਹੀ ਕਰਦੇ ਹਾਂ ਅਤੇ ਅੰਤਰੀਵ ਭਾਵ ਵਿੱਚ ਵਸਤਰ ਦੇ ਪ੍ਰਕਰਣ ਅਨੁਸਾਰ ਦੱਸਦੇ ਆ।
ਮਨ ਮੇਰੋ ਗਜ ਜਿਹਬਾ ਮੇਰੀ ਕਾਤੀ ਮਪ ਮਪ ਕਾਟੋ ਜਮਕੀ ਫਾਸੀ। ਹੇ ਭਾਈ, ਮੇਰਾ ਮਨ ਗਜ ਦੀ ਨਿਆਈ ਹੈ ਅਤੇ ਮੇਰੀ ਜਿਹਬਾ ਰਸਨਾ ਕੈਂਚੀ ਦੀ ਨਿਆਈ ਹੈ। ਮਨ ਰੂਪੀ ਗਜ ਨਾਲ ਮਿਣ ਮਿਣ ਕੇ ਜਮਦੂਤਾਂ ਦੀ ਫਾਹੀ ਨੂੰ ਫਾਹੀ ਰੂਪੀ ਬਸਤਰ ਨੂੰ ਕੱਟ ਰਿਹਾ। ਅਰਥਾਤ ਜਿਵੇਂ ਲੱਕੜ ਦਾ ਗਜ ਹੁੰਦਾ, ਉਸ ਦੀਆਂ ਤਿੰਨ ਨਿਸ਼ਾਨੀਆਂ ਹੁੰਦੀਆਂ, ਭਾਵ ਉਹ ਸਿੱਧਾ ਸਾਫ਼ ਅਤੇ ਹੱਥਾਂ ਵਿੱਚ ਹੁੰਦਾ। ਇਉਂ ਮੈਂ ਆਪਣੇ ਮਨ ਨੂੰ ਪਰਮੇਸ਼ਰ ਦੇ ਸਨਮੁਖ ਕਰਨ ਰੂਪ ਸਿੱਧਾ ਕੀਤਾ। ਰਾਗ ਦੁਐਖ ਰੂਪੀ ਖੁੰਡੀਆਂ ਨੂੰ ਵਿਚਾਰ ਰੂਪੀ ਤੇਸੇ ਨਾਲ ਲਾਹ ਕੇ ਸਾਫ਼ ਕੀਤਾ ਅਤੇ ਹਰ ਵਕਤ ਆਪਣੇ ਹੱਥ ਵਿੱਚ ਭਾਵ ਅਧੀਨ ਕੀਤਾ ਹੋਇਆ। ਕੋਈ ਵੀ ਸੰਕਲਪ ਵਿਕਲਪ ਨਹੀਂ ਉੱਠਣ ਦੇਈਦਾ ਅਤੇ ਜਿਵੇਂ ਕੈਂਚੀ ਦੇ ਦੋ ਫਰ ਹੁੰਦੇ, ਇਉਂ ਰਸਨਾ ਰੂਪੀ ਕੈਂਚੀ ਹੈ। ਰਾਹ ਅਤੇ ਮਾਂ ਦੋ ਅੱਖਰ, ਰਾਮ ਦੋ ਫਰਾਂ ਦੀ ਨਿਆਈ ਹਨ। ਅਰ ਮਿਣ ਮਿਣ ਕੇ ਭਾਵ ਵਿਚਾਰ ਵਿਚਾਰ ਕੇ ਇਹ ਜਗਤ ਦੇ ਪਦਾਰਥ ਮਿਥਿਆ ਹਨ, ਅਣਹੋਏ ਹੀ ਪ੍ਰਤੀਤ ਹੋ ਰਹੇ ਆ ਅਤੇ ਕਾਮ ਕ੍ਰੋਧ ਆਦਿ ਵਾਲੇ ਸੁਭਾਅ ਬੰਧਨ ਪਾਉਣ ਵਾਲੇ ਆ। ਇਹਨਾਂ ਵਿੱਚ ਲੱਗਣ ਕਰਕੇ ਅੰਤ ਨੂੰ ਗਲੇ ਵਿੱਚ ਜਮਾਂ ਦੀ ਫਾਹੀ ਪਵੇਗੀ। ਇਹ ਮਿਣ ਭਾਵ ਵਿਚਾਰ ਕੇ ਰਸਨਾ ਰੂਪੀ ਕੈਂਚੀ ਦੁਆਰਾ ਰਾਮ ਜਪਣ ਰੂਪੀ ਦੋ ਫਰਾਂ ਨਾਲ ਜਮਾਂ ਦੀ ਫਾਹੀ ਰੂਪੀ ਬਸਤਰ ਕੱਟ ਰਿਹਾ ਹਾਂ। ਫਿਰ ਪ੍ਰਸ਼ਨ ਕੀਤਾ, ਹੇ ਨਾਮਦੇਵ ਜੀ, ਤੁਹਾਡੀ ਤਾਂ ਨੀਵੀਂ ਜਾਤ ਹੈ, ਤੁਸੀਂ ਮੁਕਤ ਕਿਵੇਂ ਹੋਵੋਗੇ? ਭਗਤ ਨਾਮਦੇਵ ਜੀ ਫਰਮਾਉਂਦੇ ਆ, ਕਹਾ ਕਰੋ ਜਾਤੀ ਕਹਿ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਓ। ਹੇ ਭਾਈ, ਮੇਰੀ ਛਿੰਬੇ ਪੁਣੇ ਦੀ ਜਾਤ ਨੇ ਕੀ ਕਰਨਾ ਹੈ ਅਤੇ ਸ਼ੂਦਰ ਪੁਣੇ ਦੀ ਪਾਤ ਗੋਤਰ ਨੇ ਕੀ ਕਰਨਾ ਹੈ? ਜਾਤ ਪਾਤ ਦੇ ਹੰਕਾਰ ਨੇ ਕੀ ਕਰਨਾ ਹੈ? ਜਾਤੀ ਬੁੱਧੀ ਵਾਲੇ ਪੁਰਖਾਂ ਤੋਂ ਕੀ ਲੈਣਾ ਹੈ ਅਤੇ ਉੱਚੀਆਂ ਪਾਤੀ ਪੰਕਤੀਆਂ ਵਾਲਿਆਂ ਤੋਂ ਕੀ ਲੈਣਾ? ਮੈਂ ਤਾਂ ਰਾਮ ਪਰਮੇਸ਼ਰ ਦਾ ਨਾਮ ਦਿਨ ਰਾਤ ਇੱਕ ਰਸ ਜਪਦਾ ਹਾਂ। ਰਹਾਓ ਬਿਸਰਾਮ ਦੇ ਕੇ ਅੱਗੇ ਕਿਰਪਾ ਕਰਦੇ ਆ। ਰਾਂਗਨ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨ ਜੀਵੋ। ਹੇ ਭਾਈ, ਮੈਂ ਰਾਂਗਨ ਰੰਗਣ ਯੋਗ ਬਸਤਰਾਂ ਨੂੰ ਰੰਗਦਾ ਵੀ ਹਾਂ ਅਤੇ ਸੀਵਨ ਸਿਉਣ ਯੋਗ ਬਸਤਰਾਂ ਨੂੰ ਸੀਣਾ ਸਿਉਂਦਾ ਵੀ ਹਾਂ। ਰੰਗਣ ਵਾਲਾ ਹੋ ਕੇ ਰੰਗਦਾ ਵੀ ਨਹੀਂ ਹਾਂ ਅਤੇ ਸੀਵਣ ਵਾਲਾ ਹੋ ਕੇ ਸਿਉਂਦਾ ਵੀ ਨਹੀਂ ਹਾਂ। ਭਗਤੀ ਰੂਪ ਰਾਂਗਨ ਮੱਟੀ ਵਿੱਚ ਮਨ ਰੂਪੀ ਬਸਤਰ ਨੂੰ ਨਾਮ ਰੂਪੀ ਰੰਗ ਪਾ ਕੇ ਪ੍ਰੇਮ ਰੂਪੀ ਜਲ ਪਾ ਕੇ ਰੰਗਦਾ ਹਾਂ ਅਤੇ ਸਿਉਣ ਵਾਲਾ ਹੋ ਕੇ ਪ੍ਰੇਮ ਰੂਪੀ ਧਾਗੇ ਦੇ ਨਾਲ ਸੁੰਨ ਸਰੂਪ ਪਰਮੇਸ਼ਰ ਦੇ ਵਿੱਚ ਬਿਰਤੀ ਨੂੰ ਜੋੜਨ ਰੂਪ ਸੂਈ ਦੇ ਨਾਲ ਜੀਵ ਅਤੇ ਈਸ਼ ਦੇ ਭੇਦ ਰੂਪ ਫਟੇ ਹੋਏ ਬਸਤਰਾਂ ਨੂੰ ਏਕਤਾ ਕਰਨ ਰੂਪ ਸਿਉਂਦਾ ਹਾਂ। ਰਾਮ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਇੱਕ ਘੜੀ ਸੋ ਘਰੀ ਆ, ਘੱਗਾ ਰਾਰੇ ਨੂੰ ਬਿਹਾਰੀ ਇਕੱਲਾ ਘਰੀ ਨਹੀਂ ਆ, ਐੜਾ ਮੁਕਤਾ ਵੀ ਲੱਗਾ ਹੈ, ਉਹ ਵੀ ਉਚਾਰਨ ਕਰਨਾ, ਉਸ ਦਾ ਉਚਾਰਨ ਫਿਰ ਕਿਵੇਂ ਹੋਵੇਗਾ? ਘਰੀ ਇਸ ਤਰ੍ਹਾਂ ਉਚਾਰਨ ਕਰਨਾ, ਘੜੀ ਮਾਤਰ ਵੀ ਜੀਵੋ ਜੀਉ ਨਹੀਂ ਸਕਦਾ। ਭਗਤ ਕਰੋ ਹਰ ਕੇ ਗੁਣ ਗਾਵੋ, ਆਠ ਪਹਿਰ ਆਪਣਾ ਖਸਮ ਧਿਆਵੋ। ਮੈਂ ਮਨ ਕਰਕੇ ਪਰਮੇਸ਼ਰ ਦੀ ਭਗਤੀ ਕਰਦਾ ਹਾਂ ਅਤੇ ਰਸਨਾ ਕਰਕੇ ਪ੍ਰਭੂ ਦੇ ਹੀ ਗੁਣਾਂ ਤਾਂ ਹੀ ਕੀਰਤਨ ਰੂਪ ਵਿੱਚ ਗਾਉਂਦਾ ਹਾਂ। ਅੱਠੇ ਪਹਿਰ ਆਪ ਦਾ ਜਾਂ ਆਪਣਾ ਜਾਣ ਕੇ ਮਾਲਕ ਪਰਮੇਸ਼ਰ ਨੂੰ ਹਿਰਦੇ ਵਿੱਚ ਧਿਆਉਂਦਾ ਹਾਂ। ਫਿਰ ਪ੍ਰਸ਼ਨ ਕੀਤਾ, ਹੇ ਨਾਮਦੇਵ ਜੀ, ਤੁਸੀਂ ਬਸਤਰ ਤਾਂ ਸੀਵਨੇ ਦੱਸ ਦਿੱਤੇ, ਸੂਈ ਅਤੇ ਧਾਗਾ ਕਿਹੜਾ ਹੈ? ਭਗਤ ਨਾਮਦੇਵ ਜੀ ਕਿਰਪਾ ਕਰ ਰਹੇ ਦੱਸ ਰਹੇ ਆ,
ਸੋਇਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿਤ ਹਰ ਸੌ ਲਾਗਾ। ਹੇ ਭਾਈ, ਮੇਰੇ ਕੋਲ ਸੋਨੇ ਦੀ ਸੂਈ, ਰੁਪਾ ਚਾਂਦੀ ਨੂੰ ਕਹਿੰਦੇ, ਅਤੇ ਚਾਂਦੀ ਦਾ ਧਾਗਾ ਹੈ। ਸੋਇਨੇ ਸੁੰਨ ਰੂਪ ਪ੍ਰਾਪਤੀ ਵਾਲੀ ਬ੍ਰਹਮਾਕਾਰ ਬਿਰਤੀ ਰੂਪ ਸੂਈ ਆ, ਅਤੇ ਚਾਂਦੀ ਦੀ ਨਿਆਈ ਪ੍ਰੇਮ ਰੂਪੀ ਧਾਗਾ ਵਾ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਇਸ ਪ੍ਰਕਾਰ ਮੇਰਾ ਚਿੱਤ ਮਨ ਹਰ ਕਹੀਏ ਪਰਮੇਸ਼ਰ ਦੇ ਸੌ ਹੁੰਦਾ ਸਾਥ ਲੱਗਾ ਹੋਇਆ ਹੈ। ਆਸਾ, ਇੱਕ ਦਿਨ ਭਗਤ ਨਾਮਦੇਵ ਜੀ ਨਦੀ ਦੇ ਕਿਨਾਰੇ ਕੱਪੜੇ ਧੋ ਰਹੇ ਸਨ। ਪਾਸ ਹੀ ਇੱਕ ਪਖੰਡੀ ਸਾਧੂ ਹੱਥ ਵਿੱਚ ਮਾਲਾ ਫੜੀ ਬੈਠਾ ਸੀ। ਉੱਥੇ ਇੱਕ ਸ਼ਾਹੂਕਾਰ ਇਸ਼ਨਾਨ ਕਰਨ ਲਈ ਆਇਆ। ਉਸਨੇ ਆਪਣੀ ਪੈਸਿਆਂ ਦੀ ਥੈਲੀ ਆਪਣੇ ਕੱਪੜਿਆਂ ਵਿੱਚ ਰੱਖ ਕੇ ਇਸ਼ਨਾਨ ਕਰ ਲਈ ਨਦੀ ਵਿੱਚ ਵੜ ਗਿਆ। ਜਦ ਉਸਨੇ ਪਾਣੀ ਵਿੱਚ ਚੁੱਭਾ ਮਾਰਿਆ ਤਾਂ ਪਖੰਡੀ ਨੇ ਉਸਦੇ ਪੈਸਿਆਂ ਵਾਲੀ ਥੈਲੀ ਚੁੱਕ ਕੇ ਆਪਣੇ ਆਸਣ ਹੇਠਾਂ ਕਰ ਲਈ ਅਤੇ ਅੱਖਾਂ ਮੀਟ ਕੇ ਮਾਲਾ ਫੇਰਨ ਲੱਗ ਪਿਆ। ਜਦੋਂ ਸ਼ਾਹੂਕਾਰ ਇਸ਼ਨਾਨ ਕਰਕੇ ਬਾਹਰ ਆਇਆ ਤਦ ਆਪਣੀ ਰੁਪਈਆਂ ਦੀ ਥੈਲੀ ਕੱਪੜਿਆਂ ਵਿੱਚ ਨਾ ਦੇਖ ਕੇ ਬਹੁਤ ਕ੍ਰੋਧ ਵਿੱਚ ਆਇਆ ਅਤੇ ਆਸੇ ਪਾਸੇ ਦੇਖਿਆ ਤਾਂ ਸੋਚਿਆ ਕਿ ਇਹ ਸਾਧ ਤਾਂ ਸਮਾਧੀ ਵਿੱਚ ਸਥਿਤ ਹੈ, ਫਿਰ ਇਸ ਕੱਪੜੇ ਧੋਣ ਵਾਲੇ ਨੇ ਹੀ ਥੈਲੀ ਚੁੱਕੀ ਹੋਣੀ ਆ। ਉੱਧਰ ਭਗਤ ਨਾਮਦੇਵ ਜੀ ਬਹੁਤ ਪ੍ਰੇਮ ਵਿੱਚ ਮਸਤ ਹੋਏ ਕੱਪੜੇ ਧੋ ਰਹੇ ਸਨ। ਉਹਨਾਂ ਨੇ ਨਾ ਹੀ ਸ਼ਾਹੂਕਾਰ ਨੂੰ ਇਸ਼ਨਾਨ ਕਰਦੇ ਵੇਖਿਆ ਅਤੇ ਨਾ ਹੀ ਉਸ ਪਖੰਡੀ ਸਾਧੂ ਨੂੰ ਪੈਸਿਆਂ ਦੀ ਥੈਲੀ ਚੁੱਕਦਿਆਂ ਵੇਖਿਆ। ਇਸ ਸ਼ਾਹੂਕਾਰ ਨੇ ਜਾ ਕੇ ਭਗਤ ਨਾਮਦੇਵ ਜੀ ਦੇ ਗਲ ਵਿੱਚ ਪਰਨਾ ਪਾ ਲਿਆ ਅਤੇ ਆਪਣੇ ਰੁਪਈਆਂ ਦੀ ਥੈਲੀ ਬਾਰੇ ਪੁੱਛਣ ਲੱਗਾ ਕਿ ਤੂੰ ਹੀ ਚੋਰੀ ਕੀਤੀ ਹੈ। ਇੰਨੇ ਚਿਰ ਨੂੰ ਪਖੰਡੀ ਸਾਧੂ ਵੀ ਉੱਠ ਕੇ ਇਹਨਾਂ ਦੇ ਪਾਸ ਆ ਗਿਆ ਅਤੇ ਉੱਧਰੋਂ ਅੰਤਰਜਾਮੀ ਪਰਮੇਸ਼ਰ ਨੇ ਹਵਾ ਨੂੰ ਹੁਕਮ ਦੇ ਦਿੱਤਾ ਤਾਂ ਹਵਾ ਨੇ ਚੱਲ ਕੇ ਉਸਦਾ ਆਸਣ ਉਡਾ ਦਿੱਤਾ ਅਤੇ ਪੈਸਿਆਂ ਦੀ ਥੈਲੀ ਦਿਸਣ ਲੱਗ ਪਈ। ਤਦ ਸ਼ਾਹੂਕਾਰ ਨੇ ਨਾਮਦੇਵ ਜੀ ਨੂੰ ਛੱਡ ਕੇ ਉਸ ਪਖੰਡੀ ਸਾਧੂ ਨੂੰ ਗਲੇ ਤੋਂ ਫੜ ਲਿਆ। ਭਗਤ ਨਾਮਦੇਵ ਜੀ ਨੇ ਤਰਸ ਕਰਕੇ ਕਿਹਾ, ਹੇ ਸ਼ਾਹੂਕਾਰ, ਤੇਰੀ ਰੁਪਈਆਂ ਦੀ ਥੈਲੀ ਮਿਲ ਗਈ ਹੈ, ਤੂੰ ਇਸ ਨੂੰ ਛੱਡ ਦੇਣਾ ਕਰ, ਕਿਉਂਕਿ ਇਸਨੇ ਸਾਧਾਂ ਵਾਲਾ ਲਿਬਾਸ ਧਾਰਨ ਕੀਤਾ ਹੋਇਆ। ਤਦ ਸ਼ਾਹੂਕਾਰ ਉਸਨੂੰ ਛੱਡ ਕੇ ਅਤੇ ਭਗਤ ਨਾਮਦੇਵ ਜੀ ਤੋਂ ਮੁਆਫ਼ੀ ਮੰਗ ਕੇ ਚਲਾ ਗਿਆ। ਤਦੋਂ ਭਗਤ ਨਾਮਦੇਵ ਜੀ ਉਸ ਸਾਧਾਂ ਵਾਲੇ ਲਿਬਾਸ ਧਾਰਨ ਵਾਲੇ ਪਖੰਡੀ ਪ੍ਰਤੀ ਉਪਦੇਸ਼ ਦਿੰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ। ਆਸਾ ਸਾਪ ਕੁੰਚ ਛੋਡੈ, ਬਿਖ ਨਹੀਂ ਛਾਡੈ, ਉਦਕ ਮਾਹ ਜੈਸੇ ਬਗ ਧਿਆਨ ਮਾਡੈ। ਹੇ ਭਾਈ, ਸਰਪ ਸੱਪ ਆਪਣੀ ਕੁੰਜ ਤਾਂ ਛੱਡ ਭਾਵ ਉਤਾਰ ਦਿੰਦਾ ਪਰ ਜ਼ਹਿਰ ਨਹੀਂ ਛੱਡਦਾ। ਇਸੇ ਪ੍ਰਕਾਰ ਤੂੰ ਕੁੰਜ ਦੀ ਨਿਆਈ ਗ੍ਰਸਤ ਦਾ ਭੇਸ ਤਾਂ ਛੱਡ ਦਿੱਤਾ ਹੈ ਅਤੇ ਸਾਧਾਂ ਵਾਲਾ ਲਿਬਾਸ ਧਾਰਨ ਕਰ ਲਿਆ ਹੈ, ਪਰੰਤੂ ਮਾਇਆ ਦੀ ਇੱਛਾ ਰੂਪੀ ਜ਼ਹਿਰ ਨੂੰ ਤੂੰ ਤਿਆਗਿਆ ਨਹੀਂ। ਅਤੇ ਧਿਆਨ ਉਦਕ ਮਾਹੇ ਜੈਸੇ, ਕਹਿੰਦੇ ਜਿਵੇਂ ਉਦਕ ਭਾਵ ਜਿਵੇਂ ਪਾਣੀ ਵਿੱਚ ਬਗਲਾ ਧਿਆਨ ਮਾਡੈ ਲਗਾਉਂਦਾ, ਜਿਵੇਂ ਬਗਲਾ ਡੱਡੀਆਂ ਨੂੰ ਫੜਨ ਵਾਸਤੇ ਅੱਖਾਂ ਬੰਦ ਕਰਕੇ ਇੱਕ ਲੱਤ 'ਤੇ ਪਾਣੀ ਵਿੱਚ ਖੜਾ ਹੋ ਜਾਂਦਾ, ਇਉਂ ਹੀ ਤੂੰ ਪਾਣੀ ਦੇ ਕਿਨਾਰੇ ਪਰਾਏ ਤੁਹਾਨੂੰ ਚਰਾਉਣ ਵਾਸਤੇ ਸਮਾਧੀ ਲਾਈ ਬੈਠਾ ਹੈ। ਕਾਹੇ ਕਉ ਕੀਜੈ ਧਿਆਨ ਜਪੰਨਾ, ਜਬ ਤੇ ਸੁੱਧ ਨਾਹੀ ਮਨ ਆਪਣਾ ਰਹਾਉ। ਹੇ ਭਾਈ, ਤੂੰ ਕਿਸ ਵਾਸਤੇ ਧਿਆਨ ਲਗਾ ਕੇ ਮੰਤਰਾਂ ਦਾ ਜਪੰਨਾ ਜਾਪ ਕਰਦਾ ਹੈ, ਜਦੋਂ ਤੂੰ ਤੇਰਾ ਆਪ ਦਾ ਮਨ ਹਿਰਦਾ ਹੀ ਸ਼ੁੱਧ ਸਾਫ ਨਹੀਂ ਹੈ। ਰਹਾਉ, ਵਿਸਰਾਮ ਦੇ ਕੇ ਕਿਰਪਾ ਕਰਦੇ ਆ। ਸਿੰਘ 'ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦੇ ਬਖਾਨੈ। ਸਿੰਘ 'ਚ
ਸ਼ੇਰ ਦੀ ਨਿਆਈ ਜੀਵਾਂ ਨੂੰ ਮਾਰ ਕੇ ਜਿਹੜਾ ਨਰ ਪੁਰਸ਼ ਆਪਣਾ ਭੋਜਨ ਖਾਂਦਾ ਹੈ, ਭਾਵ ਠੱਗੀ ਫਰੇਬ ਜ਼ੁਲਮ ਨਾਲ ਆਪਣੀ ਉਪਜੀਵਿਕਾ ਚਲਾਉਂਦਾ, ਸਿੰਘ 'ਚ ਕਾਲਾ ਤਿੱਤਰ ਸੁਬਹਾਨ ਤੇਰੀ ਕੁਦਰਤ ਵਾਲੀ ਮਿੱਠੀ ਬੋਲੀ ਬੋਲਦਾ ਹੈ, ਪਰੰਤੂ ਉਸਦੀ ਖੁਰਾਕ ਸਿਉਂਕ ਆਦਿ ਕੀੜੀਆਂ ਦੀ ਹੈ। ਉਸਦੀ ਨਿਆਈ ਜੋ ਨਰ ਪੁਰਖ ਮੁੱਖ ਵਿੱਚੋਂ ਮਿੱਠੇ ਬਚਨ ਤਾਂ ਬੋਲਣਾ ਜਾਣਦਾ ਹੈ, ਪਰ ਲੋਕਾਂ ਦੇ ਪਦਾਰਥਾਂ ਨੂੰ ਲੁੱਟ ਕੇ ਖਾਣਾ ਕਰਦਾ ਹੈ। ਸਿੰਘ 'ਚ ਸਿੰਘ ਅੱਚ ਭੋਜਨ, ਜਦੋਂ ਸਿੰਘ ਸ਼ੇਰ ਮਾਸ ਅੱਚ ਖਾ ਕੇ ਸੁੱਤਾ ਹੋਇਆ ਉਬਾਸੀ ਲੈਂਦਾ ਤਾਂ ਕਾਫ਼ੀ ਚਿਰ ਤੱਕ ਮੂੰਹ ਖੋਲ੍ਹੀ ਰੱਖਦਾ। ਤਦ ਉਸ ਸਮੇਂ ਇੱਕ ਅਨਲਤ ਧੀਰਾ ਨਾਮੇ ਜਾਨਵਰ ਜੋ ਬੜੀ ਹੌਲੀ ਜਿਹੀ ਆਵਾਜ਼ ਵਿੱਚ ਕਹਿੰਦਾ ਹੈ ਕਿ ਸਹਿਸਾ ਮਤ ਕਰ, ਸਹਿਸਾ ਮਤ ਕਰ, ਇਸ ਦਾ ਮਤਲਬ ਇਹ ਹੈ ਕਿ ਤੇਜ਼ੀ ਮਤ ਕਰ, ਤੇਜ਼ੀ ਮਤ ਕਰ, ਅਤੇ ਆਪ ਫੁਰਤੀ ਨਾਲ ਸ਼ੇਰ ਦੀਆਂ ਜੜ੍ਹਾਂ ਵਿੱਚ ਫਸੇ ਮਾਸ ਦੇ ਟੁਕੜੇ ਕੱਢ ਕੇ ਖਾ ਜਾਂਦਾ ਹੈ। ਇਉਂ ਉਸ ਜਾਨਵਰ ਵਾਂਗ ਕਾਲੀ ਤੇਜ਼ੀ ਦੇ ਨਾਲ ਪਖੰਡੀ ਸਾਧ ਨੇ ਉਸ ਸ਼ਾਹੂਕਾਰ ਦੇ ਪੈਸਿਆਂ ਦੀ ਥੈਲੀ ਚੁੱਕ ਲਈ ਹੈ। ਐਸੇ ਅਜਿਹੇ ਪੁਰਸ਼ ਹੀ ਠੱਗਾਂ ਦੇ ਦਿਓ ਹੁੰਦਾ ਗੁਰੂ ਭਾਵ ਵੱਡੇ ਠੱਗ ਕਥਨ ਕੀਤੇ ਜਾਂਦੇ ਆ। ਨਾਮੇ ਕੇ ਸੁਆਮੀ ਲਾਹੇ ਲੇ ਝਗਰਾ, ਰਾਮ ਰਸਾਇਣ ਪੀਓ ਰੇ ਦਗਰਾ। ਭਗਤ ਨਾਮਦੇਵ ਜੀ ਫਰਮਾਉਂਦੇ ਆ ਕਿ ਹੇ ਮੇਰੇ ਨਾਮੇ ਦੇ ਸੁਆਮੀ ਮਾਲਕ, ਵਾਹਿਗੁਰੂ ਪਰਮੇਸ਼ਰ ਨੇ ਮੇਰੇ ਗਲੋਂ ਝਗੜਾ ਲਾਹ ਦਿੱਤਾ ਅਤੇ ਤੇਰੇ ਗਲ ਵਿੱਚ ਪਾ ਦਿੱਤਾ। ਹੇ ਦਗਰਾ ਧੋਖੇਬਾਜ਼, ਸਾਧੂ ਦਾ ਲਿਬਾਸ ਧਾਰਨ ਵਾਲੇ ਪੁਰਖਾ, ਸਾਰੇ ਰਸ ਆਇਨ, ਰਸਾਂ ਦੇ ਆਇਨ ਘਰ ਰਾਮ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਣਾ ਕਰ, ਪੀਓ ਰੇ ਦਗਰਾ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।